ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਵਾਲੇਕੁਮ। ਮੈਂ ਹਾਂ ਕੁਲਦੀਪ ਗਿੱਲ ਅਤੇ ਅੱਜ ਮੇਰੇ ਨਾਲ ਜੋ ਬੈਠੇ ਨੇ ਉਹ ਮੇਰੇ ਦੋਸਤ ਨੇ, ਡੀ ਐੱਮ ਈ ਦੇ ਬਹੁਤ ਵੱਡੀ ਸ਼ਖਸੀਅਤ ਨੇ, ਅਤੇ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗਾ ਉਹਨਾਂ ਨੂੰ ਇੰਟਰੋਡਿਊਸ ਕਰਾਉਣਾ। ਮਹਿਤਾਬ ਸਿੰਘ ਜੀ ਕਾਲੋਂ। ਮਾਈ ਟੀ ਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਥੈਂਕ ਯੂ ਕੁਲਦੀਪ ਜੀ। ਜੋ ਵੈਲਕਮ। ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਮਾਈ ਟੀ ਵੀ ਸਟੂਡੀਓ ਦਾ ਓਫੀਸ਼ੀਅਲ ਓਪਨਿੰਗ ਹੈ, ਅਤੇ ਇੱਥੇ ਦੇ ਖਾਸ ਸੱਜਣ ਜਿਹੜੇ ਨੇ ਉਹ ਆਏ ਨੇ, ਅਤੇ ਸਾਡੇ ਖਾਸ ਦੋਸਤਾਂ, ਖਾਸ ਸੱਜਣ 'ਚ ਮਹਿਤਾਬ ਸਿੰਘ ਜੀ ਇੱਕ ਬਹੁਤ ਹੀ ਰਿਸਪੈਕਟਫੁੱਲ ਪਰਸਨੈਲਿਟੀ ਨੇ ਔਰ ਬਹੁਤ ਰਿਸਪੈਕਟਫੁੱਲ ਪਰਸਨ ਨੇ ਔਰ ਇੰਨੇ ਅੱਛੇ ਇਨਸਾਨ ਨੇ ਕਿ ਹਰ ਖੁਸ਼ੀ, ਹਰ ਜਗ੍ਹਾ, ਹਰ ਕਾਰਜ 'ਚ ਹਮੇਸ਼ਾ ਹਰ ਜਗ੍ਹਾ 'ਤੇ ਹੁੰਦੇ ਨੇ, ਅਤੇ ਅੱਜ ਇਹ ਸਾਨੂੰ ਇਹਨਾਂ ਨੂੰ ਐਸੇ ਬ੍ਰਦਰ ਬੁਲਾਇਆ ਕਿ ਇਹ ਸਾਨੂੰ ਆ ਕੇ ਆਪਣੀ ਐਸੇ ਵੀਰ ਪਿਆਰ ਜਾਂ ਬਲੈਸਿੰਗ ਸਾਡੇ ਸਟੂਡੀਓ ਨੂੰ ਦੇਣ। ਅਤੇ ਮਹਿਤਾਬ ਜੀ, ਕੁਛ ਸਾਡੇ ਲਈ ਤੁਸੀਂ ਮਾਈ ਟੀ ਵੀ ਲਈ ਕੀ ਬਲੈਸਿੰਗਸ ਦੇ ਸਕਦੇ ਹੋ? ਹਾਂਜੀ, ਕੁਲਦੀਪ ਗਿੱਲ ਵੀਰ ਅਤੇ ਤੁਹਾਡੀ ਮਾਈ ਟੀ ਵੀ ਦੀ ਸਾਰੀ ਟੀਮ ਨੂੰ ਸਾਡੇ ਵੱਲੋਂ ਸ਼ੁਭੇਸ਼ਾਵਾਂ। ਅਤੇ ਮੈਂ ਦੇਖ ਰਿਹਾ ਸੀ ਕਿ ਜਦੋਂ ਅੱਜ ਤੋਂ ਕੋਈ ਡੇਢ ਕੁ ਸਾਲ ਪਹਿਲਾਂ ਜਦੋਂ ਮੈਂ ਆਪਾਂ ਪਹਿਲਾ ਪ੍ਰੋਗਰਾਮ ਕੀਤਾ ਸੀ, ਜਦੋਂ ਮੈਂ ਪਹਿਲਾ ਪ੍ਰੋਗਰਾਮ ਤੁਹਾਡੇ ਨਾਲ ਕੀਤਾ ਰੂਬਰੂ ਹੋਏ ਪੰਜਾਬ ਦੀਆਂ ਇਲੈਕਸ਼ਨਾਂ ਤੋਂ ਬਾਅਦ ਵਿੱਚ, ਜਾਂ ਜਦੋਂ ਯੂ ਐੱਸ ਦੇ ਵਿੱਚ ਪ੍ਰੈਜੀਡੈਂਸ਼ੀਅਲ ਇਲੈਕਸ਼ਨ ਚੱਲ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ, ਅਤੇ ਇਹ ਇੱਕ ਬਹੁਤ ਹੀ ਚੰਗਾ ਪਲੇਟਫਾਰਮ ਤੁਸੀਂ ਮੁਹੱਈਆ ਕਰਵਾ ਰਹੇ ਹੋ। ਜਿਹੜਾ ਵਾਸ਼ਿੰਗਟਨ ਡੀ ਸੀ ਦਾ ਏਰੀਆ ਹੈ, ਦੁਨੀਆ ਦੀ ਕੈਪੀਟਲ ਹੈ, ਅਤੇ ਇਹਦੇ ਵਿੱਚ ਪੰਜਾਬੀਆਂ ਦੀ ਆਪਣੀ ਆਵਾਜ਼ ਬਣਨੀ, ਇਹ ਤੁਸੀਂ ਮਾਈ ਟੀ ਵੀ ਜਿਹੜਾ ਇਹ ਮੈਂ ਦੇਖਿਆ ਕਿ ਜਦੋਂ ਗਰੋ ਹੋਇਆ ਹੈ, ਕਿੱਥੋਂ ਛੋਟੀ ਜਿਹੀ ਜਗ੍ਹਾ ਤੋਂ ਗਰੋ ਕਰਕੇ ਅੱਜ ਤੁਸੀਂ ਇੱਕ ਆਪਣਾ ਪੂਰਾ ਪ੍ਰੋਫੈਸ਼ਨਲ ਸਟੂਡੀਓ, ਪ੍ਰੋਫੈਸ਼ਨਲ ਸੈਟਅਪ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਅਤੇ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ ਮਾਈ ਟੀ ਵੀ, ਪੰਜਾਬੀਆਂ ਦੀਆਂ ਸ਼ੁਭੇਸ਼ਾਵਾਂ ਤੁਹਾਡੇ ਨਾਲ ਨੇ। ਥੈਂਕ ਯੂ, ਥੈਂਕ ਯੂ। ਜਿਵੇਂ ਇਹਨਾਂ ਨੇ ਕਿਹਾ ਕਿ ਵਾਕਈ ਇੱਕ ਇੱਥੇ ਇੱਕ ਵੈਕਿਊਮ ਕ੍ਰੀਏਸ਼ਨ ਸੀਗਾ, ਔਰ ਜਾਂ ਤਾਂ ਲੋਕ ਨਿਊਯਾਰਕ ਭੱਜਦੇ ਸੀਗੇ ਅਤੇ ਜਾਂ ਸ਼ਿਕਾਗੋ ਭੱਜਦੇ ਸੀਗੇ, ਔਰ ਬੀਇੰਗ ਕੈਪੀਟਲ ਆਫ ਅਮੈਰੀਕਾ ਵਾਸ਼ਿੰਗਟਨ ਡੀ ਸੀ, ਇੱਥੇ ਸਾਡੇ ਪੰਜਾਬੀ ਵੀਰਾਂ ਦੀ ਆਵਾਜ਼ ਜਾਂ ਸਾਡੀ ਦੇਸੀ ਕਮਿਊਨਿਟੀ ਕੋਈ ਵੀ ਹੈ, ਜਦੋਂ ਵੀਰ ਕਹਿੰਦਾ ਸਾਰਿਆਂ ਨੇ ਵਿੱਚ, ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼, ਸ਼੍ਰੀਲੰਕਾ, ਜਿੰਨੇ ਅਸੀਂ ਦੇਸੀ ਹੈ, ਸਾਡੀ ਆਵਾਜ਼ ਸਾਡੇ ਦੇਸ਼ ਤੱਕ ਕਿਵੇਂ ਪਹੁੰਚ ਸਕਦੀ ਹੈ ਔਰ ਸਾਡੇ ਦੇਸ਼ ਤੋਂ ਉਹ ਆਵਾਜ਼ ਸਾਡੇ ਤੱਕ ਕਿਵੇਂ ਪਹੁੰਚ। ਅਸਲ 'ਚ ਬੇਸਿਕਲੀ ਅਸੀਂ ਇੱਕ ਪਲੈਟਫਾਰਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਦੁਨੀਆ ਵੈਸੇ ਹੀ ਬਹੁਤ ਛੋਟੀ ਹੈ, ਹੋਰ ਛੋਟੀ ਕੀਤੀ ਜਾਵੇ, ਅੱਛੇ ਸੱਚੇ ਵਿਚਾਰ ਸਾਹਮਣੇ ਲੈ ਕੇ ਆਏ ਜਾਣ। ਅਤੇ ਮਹਿਤਾਬ ਸਿੰਘ ਜੀ, ਹੋਰ ਤੁਹਾਡੇ ਹਿਸਾਬ ਨਾਲ ਮਾਈ ਟੀ ਵੀ ਨੂੰ ਹੋਰ ਕੀ ਕਰਨਾ ਚਾਹੀਦਾ? ਦੇਖੋ, ਜਦੋਂ ਮੈਂ ਪੰਜਾਬੀ ਦੀ ਗੱਲ ਕੀਤੀ ਸੀ, ਮੇਰਾ ਕਹਿਣ ਤੋਂ ਮਤਲਬ ਸੀ ਕਿ ਪੰਜਾਬੀਆਂ ਦੀ ਬਿਲਕੁਲ ਹੀ ਕੋਈ ਆਵਾਜ਼ ਨਹੀਂ ਸੀ ਇੱਥੇ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਮਾਈ ਟੀ ਵੀ ਦਾ ਜਿਹੜਾ ਦਾਇਰਾ ਹੈ ਇਹ ਬਹੁਤ ਵੱਡਾ ਹੈ, ਇਹਦੇ ਵਿੱਚ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਸਾਰੀ ਆ ਜਾਂਦੀ ਹੈ, ਰਿਗਾਰਡਲੈਸ ਕਿ ਬਾਰਡਰਸ ਕਿੱਥੇ ਕਿੱਥੇ ਮੁਲਕਾਂ ਦੇ ਨੇ, ਲੈਂਗੁਏਜ ਕੀ ਆ, ਲੈਂਗੁਏਜ ਬੈਰੀਅਰ ਨਹੀਂ ਹੈਗਾ। ਅਤੇ ਮੈਂ ਪਿਛਲੀ ਇਲੈਕਸ਼ਨ 'ਚ ਜਿਹੜੀ ਹੁਣ ਜੂਨ 12 ਨੂੰ ਹੋ ਰਹੀ ਹੈ, ਜਾਂ ਜਿਹੜੀ ਆਪਣੇ ਬਾਅਦ ਵਿੱਚ ਜਨਰਲ ਇਲੈਕਸ਼ਨ ਹੋਏਗੀ ਪੂਰੀ ਯੂ ਐੱਸ ਕਾਂਗਰਸ ਦੀ, ਮੈਂ ਦੇਖ ਰਿਹਾ ਸੀਗਾ ਕਿ ਜਿਹੜੀ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਹੈ ਉਹ ਕਾਫੀ ਅੱਗੇ ਆ ਰਹੀ ਹੈ। ਅਤੇ ਜਦੋਂ ਵੀ ਕੋਈ ਵੀ ਕਮਿਊਨਿਟੀ ਗਰੋ ਕਰਦੀ ਹੈ ਤਾਂ ਜਿਹੜਾ ਮੀਡੀਆ ਹੈ ਉਹ ਬਹੁਤ ਜ਼ਰੂਰੀ ਹੁੰਦਾ ਹੈ। ਅਤੇ ਜਿੰਨੇ ਵੀ ਆਪਣੇ ਟੀ ਵੀ ਚੈਨਲ ਇੱਥੇ ਚੱਲਦੇ ਨੇ ਯੂ ਐੱਸ ਦੇ ਵਿੱਚ ਜਾਂ ਨੌਰਦਨ ਅਮੈਰੀਕਾ ਦੇ ਵਿੱਚ, ਬਹੁਤ ਘੱਟ ਲੋਕਾਂ ਨੂੰ ਪਤਾ ਕਿ ਬਹੁਤਿਆਂ ਦਾ ਜਿਹੜਾ ਸਟੂਡੀਓ ਸੈਟਅਪ ਹੈ ਉਹ ਇੰਡੀਆ ਹੀ ਹੈ। ਠੀਕ ਹੈ, ਇਹ ਜਿਹੜੀ ਤੁਹਾਡੀ ਮੈਂ ਕਿਹਾ ਮੰਗਾ ਵਾ ਕਿ ਇੱਕ ਬਰੇਵ ਸਟੈਪ ਹੈ ਕਿ ਜਿਹੜਾ ਤੁਸੀਂ ਮਾਈ ਟੀ ਵੀ ਦਾ ਸਟੂਡੀਓ ਵਾਸ਼ਿੰਗਟਨ ਡੀ ਸੀ ਦੇ ਵਿੱਚ ਸੈਟਅਪ ਕੀਤਾ ਹੈ। ਨਹੀਂ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਪਣੇ ਕੁਆਲਿਟੀ ਦਾ ਕੇਅਰ ਨਹੀਂ ਕਰਦੇ ਅਤੇ ਉਹ ਆਪਣੇ ਖਰਚਿਆਂ ਨੂੰ ਘਟਾਉਣ ਵਾਸਤੇ ਸਾਰਾ ਕੁਛ ਜਿਹੜਾ ਆਊਟਸੋਰਸ ਕਰ ਲੈਂਦੇ ਆ। ਪਰ ਇਹ ਮਾਈ ਟੀ ਵੀ ਦੀ ਇੱਕ ਖੂਬੀ ਹੈ ਕਿ ਜਿਹੜਾ ਅੱਜ ਤੁਸੀਂ ਇੰਨਾ ਸੋਹਣਾ ਸਟੂਡੀਓ ਬਣਾਇਆ ਹੈ, ਇੰਨਾ ਤੁਸੀਂ ਪੈਸਾ ਲਾਇਆ ਔਰ ਇੰਨੀ ਚੰਗੀ ਜਿਹੜੀ ਪਲੇਟਫਾਰਮ ਮੁਹੱਈਆ ਕੀਤਾ, ਅਸੀਂ ਸਾਰੀ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਕਹਾਂਗੇ ਕਿ ਉਹ ਸਟੈਪ ਅਪ ਕਰਨ, ਆਣ ਕੇ ਤੁਹਾਡਾ ਸਾਥ ਦੇਣ, ਤੁਹਾਡੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖਲੋਣ, ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣ, ਫਾਈਨੈਂਸ਼ੀਅਲ ਸਪੋਰਟ ਕਰਨ, ਜਾਂ ਐਡਵਾਈਜ਼ਰੀ ਜੋ ਵੀ ਸਪੋਰਟ ਕਰ ਸਕਦੇ ਆ ਉਹਨਾਂ ਨੂੰ ਕਰਨਾ ਚਾਹੀਦਾ, ਕਿਉਂਕਿ ਮਾਈ ਟੀ ਵੀ ਇਜ਼ ਯੂਅਰ ਟੀ ਵੀ। ਸੋ ਇਹ ਤੁਹਾਡਾ ਆਪਣਾ ਚੈਨਲ ਹੈਗਾ ਅਤੇ ਇਹਦੇ 'ਤੇ ਆਣ ਕੇ ਤੁਸੀਂ ਜ਼ਰੂਰ ਆਪਣਾ ਯੋਗਦਾਨ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਪਾਓ। ਦੇਖੋ ਜੀ, ਅੱਜ ਦੀ ਮੁਲਾਕਾਤ ਬਹੁਤ ਛੋਟੀ ਹੈ ਕਿਉਂਕਿ ਗੈਸਟ ਆ ਰਹੇ ਨੇ, ਅਸੀਂ ਦੋ ਦੋ ਤਿੰਨ ਤਿੰਨ ਮਿੰਟ ਇਸ ਕਰਕੇ ਲੈ ਰਹੇ ਕਿ ਗੈਸਟ ਨੂੰ ਦੱਸ ਸਕੇ ਕਿ ਅਸੀਂ ਤੁਹਾਡੀ ਵਾਕਈ ਵੀ ਆਰ ਸੋ ਥੈਂਕਫੁਲ ਕਿ ਯੂ ਗਾਈਜ਼ ਆਰ ਹੇਅਰ। ਸੋ ਅੱਜ ਇੱਕ ਬ੍ਰੇਕ ਲੈਂਦੇ ਹਾਂ, ਫਿਰ ਬਹੁਤ ਜਲਦੀ ਇਹਨਾਂ ਨਾਲ ਇੱਕ ਸ਼ੋਅ ਲੈ ਕੇ ਆਵਾਂਗੇ ਐਂਡ ਵਿਲ ਗੋ ਫਰੋਮ ਦੇਅਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।